ਜਦੋਂ ਬੰਦਾ ਕੋਈ ਅੱਛੇ ਕਰਮ ਨੂੰ ਚੱਲਦਾ ਉਹਦੇ ਪਿੱਛੇ ਕੋਈ ਵਜ੍ਹਾ ਲੈ ਕੇ ਨਹੀਂ ਚੱਲਦਾ। ਉਹ ਕਹਿੰਦੇ ਕਿ ਪਰਮੇਸ਼ਵਰ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਆਪ ਲਿਆਏ ਅਤੇ ਮੇਰੀ ਕੀ ਔਕਾਤ ਸੀ। ਆਪਾਂ ਇੱਕ ਅੱਛੇ ਕਾਰਜ ਵਾਸਤੇ ਆਏ ਹਾਂ, ਦੁਨੀਆਂ ਦੇ ਵਿੱਚ ਇੱਕ ਸੰਦੇਸ਼ ਲੈ ਕੇ ਆਏ ਹਾਂ। ਜਿਹੜੇ ਨਾਰਾਜ਼ ਨੇ ਉਹ ਨਾਰਾਜ਼ ਰਹਿਣ, ਮੈਂ ਕਿਹੜੇ ਜ਼ਮੀਨ ਠੇਕੇ 'ਤੇ ਲਈ ਹੈ ਵੀ ਗੱਲ ਨਹੀਂ ਮੰਨੀ। ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਇਸ ਨੂੰ 2024 ਦੀਆਂ ਚੋਣਾਂ ਵਾਸਤੇ ਇੱਕ ਪੋਲੀਟੀਕਲ ਇਵੈਂਟ ਬਣਾ ਰਹੇ ਹੈਗੇ ਅਤੇ ਤੁਸੀਂ ਉਸੇ ਇਵੈਂਟ ਦਾ ਇੱਕ ਲੱਗਦਾ ਨਹੀਂ ਹਿੱਸਾ ਬਣ ਕੇ ਰਹਿ ਜਾਓ। ਸੋਚ ਹੈ ਲੋਕਾਂ ਦੀ ਆਪਣੀ ਆਪਣੀ, ਚੰਗੇ ਕੰਮ ਕਰਨ ਵਾਸਤੇ ਲੋਕਾਂ ਨੇ ਕਿਹਾ ਪਹਿਲਾਂ ਸਾਰਿਆਂ ਨੂੰ ਮਿਲਣਾ ਹੀ ਹੁੰਦਾ। ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਮੰਦਰ ਨੂੰ ਲੈ ਕੇ ਚੱਲ ਰਿਹਾ ਤਾਂ ਇਸ ਤੋਂ ਚੰਗੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ ਉਹ ਧਰਮ ਨੂੰ ਅੱਗੇ ਰੱਖ ਕੇ ਚੱਲਦਾ। ਸਾਡੇ ਆਉਣ ਦੇ ਨਾਲ ਪੂਰੀ ਦੁਨੀਆ 'ਚ ਕੀ ਆਵਾਜ਼ ਜਾ ਰਹੀ ਹੈ ਕਿ ਸਿੱਖ ਲੰਗਰ ਲਾਵਾਂ। ਇਸ ਦੇਸ਼ ਵਿੱਚ ਹੀ ਰਹਿਣਾ, ਅਸੀਂ ਦੇਸ਼ ਛੱਡ ਕੇ ਨਹੀਂ ਜਾਣਾ, ਇੱਥੇ ਹੀ ਸੇਵਾ ਕਰਨੀ ਹੈ, ਇੱਥੇ ਹੀ ਮਰ ਜਾਣਾ। ਮੈਂ ਆਪਣੇ ਗੁਰੂ ਦੀ ਗੱਲ ਕਰ ਰਿਹਾ, ਮੈਂ ਆਪਣੇ ਬਾਣੇ ਨੂੰ ਲੈ ਕੇ ਚੱਲਿਆ, ਇਸ ਰਾਮ ਦੇ ਧਰਤੀ 'ਚ ਆਇਆ, ਮੇਰੇ ਇੱਥੇ ਗੁਰੂਆਂ ਦਾ ਸਤਿਕਾਰ ਹੈ, ਮੈਂ ਕਿਹੜੇ ਦੇਸ਼ ਦੀ ਗੱਲ। ਸਤਿ ਸ਼੍ਰੀ ਅਕਾਲ ਜੀ, ਲਿਵਿੰਗ ਇੰਡੀਆ ਨਿਊਜ਼ ਅਯੋਧਿਆ ਦੀ ਰਾਮ ਦੀ ਧਰਤੀ 'ਤੇ ਪਹੁੰਚ ਚੁੱਕਿਆ, ਜਿੱਥੇ 22 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਆਉਣਗੇ ਅਤੇ ਉਦਘਾਟਨ ਉਸ ਰਾਮ ਮੰਦਿਰ ਦੇ ਹੋਣਗੇ ਜਿਸ ਦਾ ਇੰਤਜ਼ਾਰ ਸਦੀਆਂ ਤੋਂ ਕੀਤਾ ਜਾ ਰਿਹਾ। ਮੈਂ ਇਸ ਵਕਤ ਚਾਰ ਧਾਮ ਮੰਦਿਰ ਦੇ ਵਿੱਚ ਬੈਠਾ। ਇਹ ਉਹ ਜਗ੍ਹਾ ਹੈਗੀ ਹੈ ਜਿੱਥੇ ਹਰੇਕ ਵਿਅਕਤੀ ਜਿਹੜਾ ਅਯੋਧਿਆ ਦੇ ਵਿੱਚ ਆਸਥਾ ਰੱਖਦਾ ਇੱਥੇ ਪਹੁੰਚਦਾ, ਇੱਥੇ ਨਤਮਸਤਕ ਹੁੰਦਾ। ਪਰ ਉਸ ਤੋਂ ਪਹਿਲਾਂ ਮੈਂ ਜਾਣੂ ਕਰਵਾ ਦਾ, ਪੰਜਾਬ ਤੋਂ ਇੱਕ ਸ਼ਖਸ ਆਪਣਾ ਜੱਥਾ ਲੈ ਕੇ ਪਹੁੰਚਿਆ, ਸਿੱਖ ਧਰਮ ਦੇ ਨਾਲ ਸੰਬੰਧ ਰੱਖਦਾ ਅਤੇ ਇੱਥੇ ਲੰਗਰ ਦਾ ਪ੍ਰਬੰਧ ਕੀਤਾ। ਇਸੇ ਚਾਰ ਧਾਮ ਮੰਦਿਰ ਦੇ ਵਿੱਚ ਰੂਬਰੂ ਕੋਣਾ ਹਰਜੀਤ ਸਿੰਘ ਰਸੂਲਪੁਰ ਹੈਗੇ ਆ। ਸਵਾਗਤ ਹੈ ਤੁਹਾਡਾ ਬਹੁਤ ਬਹੁਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਜੀਤ ਸਿੰਘ ਰਸੂਲਪੁਰ ਚਾਰ ਧਾਮ ਮੰਦਿਰ 'ਚ ਪਹੁੰਚ ਗਏ, ਪਹੁੰਚਣ ਦੀ ਵਜ੍ਹਾ ਕੀ ਹੈ ਲੰਗਰ ਚਾਰ ਧਾਮ ਮੰਦਿਰ 'ਚ? ਜਦੋਂ ਬੰਦਾ ਕੋਈ ਅੱਛੇ ਕਰਮ ਨੂੰ ਚੱਲਦਾ ਉਹਦੇ ਪਿੱਛੇ ਕੋਈ ਵਜ੍ਹਾ ਲੈ ਕੇ ਨਹੀਂ ਚੱਲਦਾ। ਉਹ ਕਹਿੰਦੇ ਕਿ ਪਰਮੇਸ਼ਵਰ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਆਪ ਲਿਆਏ ਅਤੇ ਮੇਰੀ ਕੀ ਔਕਾਤ ਸੀ ਕਿ ਮੈਂ ਇੱਥੇ ਆ ਜਾਵਾਂ। ਉਹ ਆਪ ਹੀ ਸਿਰ 'ਤੇ ਹੱਥ ਰੱਖ ਕੇ ਸਾਰਾ ਆਪ ਹੀ ਕਾਰਜ ਕਰ ਰਹੇ ਨੇ, ਆਪ ਹੀ ਲਿਆਏ ਨੇ। ਰਾਮ ਦੇ ਨਾਲ ਕਿੰਨਾ ਕੁ ਲਗਾਵ ਹੈ? ਰਾਮ ਸਾਡੇ ਰੋਮ ਰੋਮ 'ਚ ਰਮਿਆ, ਹਰ ਜਰੇ ਜਰੇ 'ਚ, ਹਰ ਘੱਟ ਘੱਟ 'ਚ ਉਸ ਪਰਮੇਸ਼ਵਰ ਦਾ ਵਾਸ ਹੈ ਅਤੇ ਇਹਦੇ ਵਾਸਤੇ ਬਿਆਨ ਨਹੀਂ ਕੀਤਾ ਜਾ ਸਕਦਾ। ਤੁਹਾਡੇ ਤੋਂ ਬਹੁਤ ਸਾਰੀਆਂ ਜਥੇਬੰਦੀਆਂ ਨਾਰਾਜ਼ ਵੀ ਨੇ ਇਸ ਗੱਲੋਂ। ਮੈਨੂੰ ਕਿਸੇ ਦਾ ਕੋਈ ਉਹ ਨਹੀਂ, ਉਹਨਾਂ ਦਾ ਆਪਣਾ ਰੋਲ ਹੈ। ਆਪਾਂ ਇੱਕ ਅੱਛੇ ਕਾਰਜ ਵਾਸਤੇ ਆਏ ਹਾਂ, ਦੁਨੀਆਂ ਦੇ ਵਿੱਚ ਇੱਕ ਸੰਦੇਸ਼ ਲੈ ਕੇ ਆਏ ਹਾਂ। ਜਿਹੜੇ ਨਾਰਾਜ਼ ਨੇ ਉਹ ਨਾਰਾਜ਼ ਰਹਿਣ, ਮੈਂ ਕਿਹੜੇ ਜ਼ਮੀਨ ਠੇਕੇ 'ਤੇ ਲਈ ਹੈ ਵੀ ਗੱਲ ਨਹੀਂ ਮਿਲਣੀ ਹੈਗੀ, ਨਾ ਆਪਾਂ ਨੂੰ ਕੋਈ ਉਹਨੇ ਫੀਤੀਆਂ ਉਤਰਨ ਲੱਗੀਆਂ। ਆਪਣੇ ਘਰ ਰਾਜੀ, ਆਪਾਂ ਚੜ੍ਹਦੀ ਕਲਾ 'ਚ। ਇੱਥੇ ਪ੍ਰਬੰਧ ਕਿਵੇਂ ਹੋਇਆ ਕਿ ਤੁਹਾਡਾ ਲੰਗਰ ਇੱਥੇ ਰਾਮ ਜਿਹੜਾ ਆਪਾਂ ਕਹੀਏ ਕਿ ਉਸ ਪਵਿੱਤਰ ਸਥਾਨ ਦਾ ਚਾਰ ਧਾਮ ਮੰਦਿਰ ਦੇ ਵਿੱਚ ਤੁਹਾਨੂੰ ਜਗ੍ਹਾ ਕਿਹਨੇ ਦਿੱਤੀ?
ਸ਼੍ਰੀ ਰਾਮ ਚੰਦਰ ਮਹਾਰਾਜ ਜੀ ਨੇ ਉਹੀ ਦੇਣ ਵਾਲੇ ਨੇ ਇੱਥੇ, ਅਯੋਧਿਆ ਦੀ ਉਹਨਾਂ ਦੀ ਧਰਤੀ ਆ, ਉਹੀ ਦਿੱਤੀ ਉਹਨਾਂ ਨੇ, ਆਪ ਹੀ ਵੱਸਦੇ ਨੇ ਉਹ ਵਿੱਚ, ਆ ਕੇ ਕਦੇ ਕਿਸੇ ਦੇ ਵਿੱਚ, ਕਦੇ ਤੁਹਾਡੇ 'ਚ, ਕਦੇ ਕਿਸੇ ਦੇ ਵਿੱਚ, ਉਹ ਆਪ ਹੀ ਸਾਰੇ ਸੋਰਸ ਪਰਮਾਤਮਾ। ਜਦੋਂ ਤੁਸੀਂ ਚੰਗੇ ਕਰਮ ਚੱਲਦੇ ਨਾ ਤਾਂ ਫਿਰ ਰੱਬ ਤੁਹਾਡੇ ਨਾਲ ਚੱਲਦਾ ਹੈਗਾ, ਤੁਹਾਡਾ ਤੁਹਾਡੀ ਭਾਵਨਾ, ਤੁਹਾਡੀ ਅੰਦਰ ਦੀ ਜਿਹੜੀ ਆਵਾਜ਼ ਹੈ ਉਹਦੇ 'ਚ ਕਪਟ ਨਹੀਂ ਹੋਣਾ ਚਾਹੀਦਾ, ਕਿ ਤੁਹਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡਦਾ। ਲੰਗਰ ਲਾਉਣਾ ਤਾਂ ਸ਼ੁਰੂ ਤੋਂ ਪ੍ਰਥਾ ਕਿ ਹਰ ਜਗ੍ਹਾ ਜਾ ਕੇ ਲੰਗਰ ਲਗਾਇਆ ਜਾਂਦਾ, ਹਰ ਜਗ੍ਹਾ ਜਾ ਕੇ ਲੋਕਾਂ ਨੂੰ ਸਰਵ ਕੀਤਾ ਜਾਂਦਾ, ਤੁਸੀਂ ਇੱਥੇ ਲੰਗਰ ਲਗਾਇਆ ਉਹ ਪ੍ਰਥਾ ਨਿਭਾ ਰਹੇ, ਪਰ ਇਸ ਚੀਜ਼ ਨੂੰ ਲੈ ਕੇ ਲੱਗਦਾ ਕਿ ਅਕਾਲ ਤਖ਼ਤ ਤੋਂ ਕੋਈ ਅਜਿਹਾ ਸੰਦੇਸ਼ ਜਾਂ ਸਿੱਧੇ ਤੌਰ 'ਤੇ ਉਹ ਚੀਜ਼ਾਂ ਸਾਹਮਣੇ ਨਹੀਂ ਆਈਆਂ। ਦੇਖੋ ਮੈਂ ਇੱਕ ਆਮ ਇਨਸਾਨ ਹਾਂ, ਕਿਰਤੀ ਸਿੱਖ ਹਾਂ। ਅਕਾਲ ਤਖ਼ਤ ਸਾਹਿਬ ਸਾਡਾ ਸਤਿਕਾਰ ਜੋ ਇੱਕ ਸੰਸਥਾ ਮਹਾਨ ਆ, ਸਾਡਾ ਸਿਰ ਝੁਕਦਾ, ਲੇਕਿਨ ਉਹਨਾਂ ਬਾਰੇ ਸਾਡੀ ਕੋਈ ਵੀ ਟਿੱਪਣੀ ਨਹੀਂ ਕਰੀ ਜਾ ਸਕਦੀ, ਕਿਉਂਕਿ ਮੈਂ ਇੱਕ ਆਮ ਇਨਸਾਨ ਉਹਨਾਂ ਬਾਰੇ ਕੀ ਕਹਿ ਸਕਦਾ। ਸਾਡੀ ਤਾਂ ਅਰਦਾਸ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਮਹਾਰਾਜ ਦੇ ਚਰਨਾਂ 'ਚ, ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਤਾਂ ਹੀ ਲੰਗਰ ਚੱਲ ਰਹੇ ਨੇ।